आलू तो एक ही होए नहीं, मीह ने मारते पानी बहुत ज्यादा खड़ गया सी। मूंगी ला इनू एक सुंडी बहुत ज्यादा है। अच्छा, मूंगी नू सुंडी एक ही पई है कि अगे भी आ पैंदी है कि एक ही वध पई है? इनू फिर झोल शुरू अंदरले पासे हुंदा, ये पत्ते दे अंदरले पासे पैंदा, फिर इनू बणदा जी, फिर पत्ता सारा सुकदा जांदा, फिर उहदे नाल बूझा सुक जिहड़ा जिहड़ी अपनी मूंगी दी फली है उह सुकदी जांदी है, उहदे नाल झाड़ कटी जाणा। ये पै तां दोवां तिन्नां दिनां च जाणा जो पै गया। भगवंत मान जो 1500 बिल्लियां दे लोगों भी जा जा चूहे चूहा इन्ना आ जी हाँ चूहे बहुत चूहे ने आह इतने बीजा सी सर चूहे ने नहीं सी बोना पेगा हर नहीं वैसे गल तो थोड़ी ठीक आ ਜਿਵੇਂ ਆਪਣੇ ਵਾਤਾਵਰਨ 'ਚ ਬਹੁਤ ਸਾਰੀਆਂ ਚੀਜ਼ਾਂ ਜੇ ਚੂਹਿਆਂ ਨੂੰ ਬਿੱਲੀਆਂ ਖਾ ਜਾਂਦੇ ਤਾਂ ਬਿੱਲੀਆਂ ਵੀ ਹੋਣੀਆਂ ਚਾਹੀਦੀਆਂ ਜ਼ਰੂਰੀ ਆ। ਜਿਵੇਂ ਉੱਲੂ ਹੁੰਦੇ ਸੀ ਅੱਗੇ ਦਵਾਈ ਕੰਮ ਨਹੀਂ ਕਰਦੀ, ਦਵਾਈਆਂ ਪਾ ਪਾ ਹੰਭ ਗਏ ਕਰਦੀ ਨਹੀਂ ਕੰਮ, ਨਹੀਂ ਕਰਦੀ ਦਵਾਈ ਨਹੀਂ ਕੰਮ। ਦਾਰੂ ਪਾਉਂਦੇ ਆ ਨਾ ਨਸ਼ੇ 'ਚ ਹੋ ਕੇ ਦਾਰੂ ਸਕਾਂਦੀ ਵੱਧਦੇ ਆ ਭੋੜਾ ਨਸ਼ੇ 'ਚ ਹੋ ਕੇ ਘੱਟ ਨਹੀਂ ਵੱਧਦੇ ਗਏ ਝੋਨਾ ਉਦੋਂ ਵੱਧ ਵੱਧਦੇ ਆ ਜੀ ਉਦੋਂ चिमट जांदा ਉਹ ਹਲਾ ਚੂਹਾ ਵੱਡਾ ਸੀ ਡੱਬੂ ਹੀ ਲੈ ਗਿਆ। ਸਵੇਰ ਦੀ ਭਾਜੀ ਬਣੇ ਹੁਣ ਸਪਰੇ ਕਰਨੀ ਆ, ਪੱਤੇ ਝੁਲਸ ਰੋਗ ਆ ਚੱਲਿਆ। ਅੱਛਾ, ਤੇ ਹੁਣ ਸਪਰੇ ਲੈਣ ਗਏ, ਹੁਣ ਫਿਰ ਡਰਮ ਲਿਆ ਕੇ ਟ੍ਰੇਟਣਾ ਕਰਨੀ। ਕਿੱਥੋਂ ਲੈ ਕੇ ਆਉਂਦੇ ਹੁੰਦੇ ਤੁਸੀਂ ਜਿਹੜਾ ਬੀਜ ਮਿਲਦਾ? ਇੱਕ ਤਾਂ ਆਪਣਾ ਯੂਨੀਵਰਸਿਟੀ ਚੋਂ ਲੈਂਦੇ, ਫਿਰ ਇੱਕ ਸਾਲ ਲਿਆਉਂਦੇ, ਫਿਰ ਦੋ ਤਿੰਨ ਸਾਲ ਰੱਖ। ਇੰਨੀਆਂ ਸਪਰੇਹਾਂ ਕਰਤੀਆਂ ਹੁਣ ਇਹ ਤੇ ਤੁਹਾਨੂੰ ਲੱਗਦਾ ਵੀ ਖਾਣ ਯੋਗ ਰਹੀ ਹੋ? ਹੁਣ ਖਾਣ ਕੀ ਕਰਕੇ ਹੁਣ ਇਹ ਤਾਂ ਜਿੰਦੇ ਹੀ ਤੁਹਾਨੂੰ, ਹੁਣ ਸਾਡੇ ਵੀ ਮਜਬੂਰੀ ਆ, ਸਾਡੇ ਕਿਹੜਾ ਜੀ ਕਰ ਆ। ਹੁਣ ਸਾਨੂੰ ਜੇ ਭਾਅ ਮਿਲ ਗਿਆ ਤਾਂ ਹੀ ਫਾਇਦੇ 'ਚ ਆ, ਨਹੀਂ ਤਾਂ ਸਾਡੇ ਪੱਲੋਂ ਜਾਣੇ ਆ, ਸਾਡੇ ਸਿਰ ਪੱਲੋਂ ਪੈ ਜਾਣੇ ਆ। ਜੇ ਜੇ ਵਪਾਰੀ ਵਾਲੇ ਤਾਂ ਰਹਿ ਗਏ ਨਾ, ਵਪਾਰੀ ਤਾਂ 5 ਤੋਂ ਵੱਧ ਰੱਖੀ ਦੀ ਨਹੀਂ। ਸਰਕਾਰ MSP ਦੇਵੇ ਸਾਰੀਆਂ ਫਸਲਾਂ 'ਤੇ, ਤਾਂ ਤੁਸੀਂ ਬੀਜ ਤਿਆਰ ਆ? ਅਸੀਂ ਝੋਨੇ ਜਾਣੇ 'ਚ ਕੁਛ ਨਹੀਂ ਵੱਜਦਾ, ਮੈਂ ਸਿੱਧਾ ਝੋਨਾ ਵੀ ਲਾਉਣਾ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਅਕਸਰ ਹੀ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਆਪਾਂ ਜੇ 2 ਦਿਨ ਇੱਕੋ ਸਬਜ਼ੀ ਬਣਾ ਲਈਏ, 3 ਦਿਨ ਇੱਕੋ ਸਬਜ਼ੀ ਬਣਾ ਲਈਏ, ਤਾਂ 4th ਦਿਨ ਉਹ ਖਾਣ ਨੂੰ ਦਿਲ ਨਹੀਂ ਕਰਦਾ। ਪਰ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਉਹੀ ਫਸਲਾਂ ਵਾਰ ਵਾਰ ਉਗਾ ਰਹੇ ਸੀ, ਝੋਨਾ ਕਣਕ। ਪੰਜਾਬ ਦੇ ਕਿਸਾਨਾਂ ਦਾ ਵੈਸੇ ਮਨ ਅੱਕਿਆ ਪਿਆ ਝੋਨਾ ਉਗਾ ਗਾ, ਪਰ ਫਿਰ ਵੀ ਉਹਨਾਂ ਨੂੰ ਉਗਾਉਣਾ ਪੈਂਦਾ ਕਿਉਂਕਿ ਸਰਕਾਰ ਦੀਆਂ ਨੀਤੀਆਂ ਇਹੋ ਜਿਹੀਆਂ ਕਿ ਝੋਨਾ ਉਗਾਉਣਾ ਪੈਂਦਾ। ਤਾਂ ਅੱਜ ਅਸੀਂ ਇੱਕ ਪਿੰਡ ਵਿੱਚ ਖੜ੍ਹੇ ਹਾਂ ਜਿੱਥੇ ਕਿਸਾਨਾਂ ਨੇ ਮੂੰਗੀ ਦੀ ਫਸਲ ਉਗਾਈ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਮ ਆ ਜੀ ਆਪਣਾ? ਭਜਨ ਸਿੰਘ ਜੀ। ਅੱਛਾ, ਤੁਸੀਂ ਮੂੰਗੀ ਫਿਰ ਹਰ ਵਾਰੀ ਉਗਾਉਂਦੇ ਹੋ ਜਾਂ ਇਸ ਵਾਰ ਉਗਾਈ ਆ? ਹਰ ਵਾਰੀ ਉਗਾਉਂਦੇ ਜੀ। ਅੱਛਾ, ਪਹਿਲਾਂ ਆਲੂ ਲਾਉਂਦੇ ਹਾਂ ਫਿਰ ਮੂੰਗੀ ਲਾਉਂਦੇ ਹਾਂ, ਤਾਂ ਕਿ ਉਹ 3 ਫਸਲਾਂ ਹੋ ਜਾਂਦੀਆਂ, ਇੱਕ ਬਦਲਾਅ ਹੋ ਜਾਂਦਾ ਫਸਲ ਦਾ। ਆਲੂ ਤਾਂ ਇੱਕ ਹੀ ਹੋਏ ਨਹੀਂ, ਮੀਂਹ ਨੇ ਮਾਰਤੇ ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ। ਮੂੰਗੀ ਦਾ ਇਹਨੂੰ ਇੱਕ ਸੁੰਡੀ ਬਹੁਤ ਜ਼ਿਆਦਾ ਹੈਗੀ। ਅੱਛਾ, ਮੂੰਗੀ ਨੂੰ ਸੁੰਡੀ ਇੱਕ ਹੀ ਪਈ ਆ ਕਿ ਅੱਗੇ ਵੀ ਆ? ਪੈਂਦੀ ਤਾਂ ਇੱਕ ਹੀ ਵੱਧ ਪੈ ਗਈ। ਅੱਛਾ, ਇੱਕ ਹੀ ਤਾਂ ਬਾਹਲੀਆਂ ਸਪਰੇਆਂ ਹੋਈਆਂ, ਯਾਨੀ ਸਾਡਾ ਯਾਨੀ 1 ਕੁਇੰਟਲ ਗੇੜੇ ਦਾ ਮੂੰਗੀ ਦੇ 1000 ਰੁਪਏ ਇੱਕ ਵਾਰੀ ਗੇੜੇ ਦੀ ਪੈਂਦੀ ਹੈ 1 ਕਿੱਲੇ ਦੀ। ਅੱਛਾ, ਹਾਂ 1000-1000 ਰੁਪਏ ਵਾਲੀ ਵੀ ਪਾਈ ਆ। ਕਿਹੜੀਆਂ ਕਿਹੜੀਆਂ, ਕੀ ਨਾਮ ਉਹਨਾਂ ਦੇ? ਨਾਂ ਤਾਂ ਨਹੀਂ ਮੈਂ ਮੁੰਡਿਆਂ ਨੂੰ ਪਤਾ, ਅਤੇ ਮੈਂ ਹੁਣ ਅਸੀਂ ਕੱਲ੍ਹ ਦੇਖਿਆ ਅੱਜ ਸਵੇਰ ਦੀ ਭਾਜੀ ਬਣੇ, ਹੁਣ ਸਪਰੇ ਕਰਨੀ ਆ, ਪੱਤੇ ਝੁਲਸ ਰੋਗ ਆ ਚੱਲਿਆ। ਅੱਛਾ, ਅਤੇ ਹੁਣ ਸਪਰੇ ਲੈਣ ਗਏ, ਹੁਣ ਫਿਰ ਡਰਮ ਲਿਆ ਕੇ ਟ੍ਰੇਟਣਾ ਕਰਨੀ ਆ। ਕਿੰਨਾ ਟਾਈਮ ਹੋ ਗਿਆ ਬੀਜੀ ਨੂੰ ਮੂੰਗੀ? ਮੂੰਗੀ ਮਤਲਬ ਆਪਾਂ ਚੜ੍ਹਦੇ ਕੇ ਬੱਚੇ ਵਿਸਾਖ ਬੀਜਤੀ ਸੀ। ਅੱਛਾ, ਤੇ ਕਿੰਨੀਆਂ ਸਪਰੇਹਾਂ ਹੋ ਗਈਆਂ ਇੰਨੇ ਟਾਈਮ 'ਚ? ਇਹ 5 ਸਪਰੇਹਾਂ ਹੋ ਗਈਆਂ। ਅੱਛਾ, 5 ਪਹਿਲਾਂ ਜਿਵੇਂ ਪਹਿਲਾ ਪੱਤਾ ਕੱਢਣਾ ਤੋਂ ਬੀਜੀ ਤੋਂ 10-15 ਦਿਨ ਬਾਅਦ ਸਪਰੇ ਕਰਨੀ ਕਰਨੀ ਆ, ਅਤੇ ਨਹੀਂ ਸੁੰਡੀ ਉਈ ਚੱਕ ਦਿੰਦੀ ਆ, ਖਾ ਜਾਂਦੀ ਆ ਜਮੇ। ਹੁਣ ਸਪਰੇ ਹੋਰ ਹੋਊਗੀ ਜਿਵੇਂ ਫਲੀਆਂ ਪੈ ਗਈਆਂ? ਹੁਣ ਹੋਣੀ ਤਾਂ ਨਹੀਂ ਸੀ, ਹੁਣ ਸਾਨੂੰ ਝੁਲਸ ਰੋਗ ਦਾ ਖਤਰਾ। ਜੇ ਇੱਕਦਮ ਝੁਲਸ ਰੋਗ ਨਹੀਂ ਆ ਗਿਆ ਤਾਂ ਫਿਰ ਇਹਦਾ ਮਤਲਬ ਵੀ ਸਾਰੀ ਫਲੀ ਕੱਚੀ ਆ ਜਿਹੜੀ ਉਹ ਖਰਾਬ ਹੋ ਜਾਊਗੀ। ਅੱਛਾ, ਹੁਣ ਕੁਆਲਿਟੀ ਨਹੀਂ ਬਣਨੀ। ਕਿੰਨੇ ਕੁ ਦਾਣੇ ਆ ਫਲੀਆਂ 'ਚ? ਬਾਣੇ ਦੇ ਕੀ ਘੱਟ ਆ ਜੀ, ਅੱਜ ਆਪਾਂ ਦੇਖੀਏ ਨਾ ਤੁਸੀਂ ਹੁਣ। ਹਾਂ ਹਾਂ, ਕਈ ਅੱਧੇ 'ਚ ਦਾਣੇ 'ਚ ਸੁੰਡੀ ਪੈ ਗਈ, ਜਿਹਨੂੰ ਅੱਧੇ ਦਾਣੇ ਉਹ ਖਾ ਗਈ, ਅੱਧਾ ਰਹਿ ਗਿਆ। ਅੱਛਾ, ਕਿੰਨੇ ਏਕੜ ਬੀਜੀ ਆ ਫਿਰ ਮੂੰਗੀ? 1-7 ਏਕੜ ਜੀ। ਅੱਛਾ, ਕਿੰਨੀ ਕੁ ਉਮੀਦ ਆ ਝਾੜ ਦੀ, ਕਿੰਨਾ ਕੁ ਨਿਕਲ ਸਕਦਾ? ਹੁਣ ਪਿਛਲੀ ਆ ਤਾਂ 6-6 ਕੁਇੰਟਲ ਨਿਕਲੇ ਸੀ, ਇੱਕ ਹੁਣ ਨਿਕਲੇ ਤੋਂ ਪਤਾ ਲੱਗੂ। ਅੱਛਾ, ਇੱਕ ਥੱਲੇ ਘੱਟ ਪਈ ਆ ਮੂੰਗੀ। ਬੀਜ ਕਿੱਥੋਂ ਲੈ ਕੇ ਆਉਂਦੇ ਹੁੰਦੇ ਤੁਸੀਂ ਜਿਹੜਾ ਬੀਜ ਮਿਲਦਾ? ਇੱਕ ਤਾਂ ਆਪਣਾ ਯੂਨੀਵਰਸਿਟੀ ਚੋਂ ਲਾਉਂਦੇ ਹਾਂ, ਫਿਰ 1 ਸਾਲ ਲਿਆਉਂਦੇ, ਫਿਰ 2-3 ਸਾਲ ਰੱਖ ਲੈਂਦੇ ਹਾਂ।
अच्छा। हर साल महंगा बहुत आ 100 रुपये उत्ते देंगे। अच्छा हाँ जानी एक बारी लिया के हूँ एक हो सरी किला नवे बीजा बीजा वो जो रखा वो फिर 2-3 साल वरती जावे फिर बदल देंगे जिम्मे ठाट मूंगी आने ज्यादा झुलस रोग आ गया। अच्छा नहीं दूजी आ पता नहीं कि है तो बरीक आ मोटी होंगी आ पहला बड़ी मशहूरी थी पिछले साल तो बदलती। अच्छा हाँ ये दाने बरीक आ एक बरीक दाने खाने वाले पसंद वध करते मोटी हो जाती है फुल के ज्यादा होर मोटी हो जाती है। अच्छा मशहूरी कह रहे हो मशहूरी किवें भी ये दाने बरीक है ये। अच्छा खाने वाले पसंद वध करते जी आप आम जी जनता खाने लैन वाली इन वध करते जिम्मे आप रात की बरीक मूंगी वध पसंद कहते हैं यही उम्मीद बरीक है दाने ये जी ठाठ से मोटा दाना से इनिया स्प्रेह करती हूँ ये तो लगता भी खाने योग रही हो हूँ खाण की करके हूँ तो दिखते ही थोड़ा हूँ साढ़े भी मजबूरी है साढ़े कहना जी करता। अच्छा ना आलू निकले आलू कंपनी के आलू बीजे से 1 लाख का चौं कि 1 लख रुपया उन्हें बीज दिता सानू। अच्छा फिर जिला रेह पाए तो साढ़े बटिया सानू आया 80,000 रुपया। अच्छा झोने का भी पै रहा रौला भी हूँ किसान यूनियन भी कह रही भी झोना साढ़े तो गल मड़िया सा बीजन दिल नहीं करता हूँ चित सू बदलाव ता ही होना जो सू पानी दे देंगे। अच्छा। मक्की ला दी मक्की बहुत होंगी हूँ उदो आओ मक्की अपनी बीजी भी आ बीजे तो 6 दिन पानी नहीं आया उन्होंने। अच्छा। लाइट ही नहीं आई हूँ 6 दिन हरी हो जाने फिर गरमैश पी मच जाते दाने। अच्छा फिर बच्चे जनरेटर ना लाने साडा बदलाव तो ता ही हो सकता ना जे सानू टाइम सिर पानी करुता उदो कहते जी लाइट अग लग जूगी पानी बंद हो जाता फिर सानू MSC देन फिर असी बीज गए हूँ सानू जे भाव मिल गया ता ही फायदे जा नहीं तो साढ़े पलों जाने। अच्छा नहीं तो साढ़े सिर पलों पै जाने जे जे पपारी वाले तो रह गए ना पपारी तो 5 तो बाद खरीद नहीं है। अच्छा हाँ उन्हें जो मूंगी जा उन्हें एक दम तो हूँ जे सरकार ने भाव तो वो सू 2 पैसे बचन दे है नहीं बचते मेहनत होती है फिर मूंगी तो कि दिहाड़ियों का खर्चा भी आता मशीन वढ़नी है मशीन 1500 रुपया लो वाढ़ी। अच्छा यदि फिर मशीन वो लिया जी दाणा नहीं पाती कई मशीन दल कहते मशीन बनिया लाइया हूँ मशीन आनी है वह बनाई है फिर पहला असं दालों वढ़ा बटा के दालों दिहाड़ी ला के वो सीटा फिर नहीं मशीन ढक के मिट्टी बच्चे पा ली है फिर जो मशीन आ गई फिर 2 बंदे छड़ा एक को कही होगी एक को दाती होगी हूँ खुडा बच्चे बहुत आ जाने चूहे चूहे बहुत बच्चों देख लो जाके चक्की जाते हूँ आ पक्की फड़ी फल तेन एक होर लग जाऊ पर चूहा ले जाओ थले फल सारा चूहा ले जाओ चाके। अच्छा हाँ तो करके फिर वह दालों दालों मशीन तुरी जाती है वो मूहे तुरे मगर तुरे आते अगले गेड़े उन्हें जिते खुड दी है उन्हें दाती ने वढ़ देनी है कही ने खिलार देनी है। अच्छा कहते मक्की भी स्प्रे दूजा वाहवा करनिया पैदा स्प्रे हाँ मक्की पानी भी बहुत लेंदी है। हाँ, मक्की पानी बहुत लेंदी मक्की हूँ जी बिडा से लाने करके पानी घट जाता। अच्छा खालियां ही लाने हाँ। स्प्रे जानी 2 स्प्रे नहीं सर जाता कीड़े तो ही होंगे होर उन्होंने कोई नहीं। अच्छा मक्की ये फायदे चा मूंगी के बाद एक स्प्रे लेगी जे सरकार MSP दे सारिया फसलों से तो बीज तैयार है। अच्छा झोने झाने से कुछ नहीं वजता मैं सीधा झोना भी लाना एक ही मैं भरत पौनी करके मैं नहीं लाया सारे कराह मारिया घर घर पैंता से। अच्छा नहीं मैं सीधा भी लाया मेरा हर साल मैं सीधा लाना झोना बचता सीधे च कुछ सीधा च बचता आ चूहे नहीं छड़ते। अच्छा बहुत मेहनत करनी पैंदी झाड़ झूड़ के निकलता झाड़ ठीक रह जाता मैं तो आया भगवंत मान जो 1500 बिलियां दे दी लोगों भी जा चार चूहे चूहा इन्ना आता जी हाँ चूहे बहुत चूहे ने आसी बाँह इतने बीजा सी सर चूहे ने नहीं सी बोना पेगा हर नहीं सर बीजना पेगा हाँ इन्ना चूहा हूँ बासपति की बीजनी है पनीरी बीजी और बाँह के बचाले करके बीजनी है लामे वो पानी झोने से लाने उत्थे जाके उन्हें होना फिर भी पता नहीं होगा नहीं चूहे ने नहीं मतलब फिर चूहे ने नहीं छड़नी। वैसे गल तो थोड़ी ठीक आ जिमें अपने वातावरण से बहुत सारिया चीजा जे चूहिया बिल्लियां खाए ना तो बिल्लियां भी होनी चाहिए जरूरी आ जिमें उल्लू होंगे दवाई कम नहीं करती दवाइया पावा हंभ गए कर दी नहीं कम नहीं करती दवाई नहीं कम करती आ राह दे नालों दस दस करवा चक देंगे बीज पानी वाले चुक जाए उतो वढ़ दें जे असीं दारू पाउने आ ना नशे चुके दारू
ਸਕਾਂ ਦੀ ਵੱਧਦੇ ਆ ਭੋੜਾ ਨਸ਼ੇ 'ਚ ਹੋ ਕੇ ਘੱਟ ਨਹੀਂ ਵੱਧਦੇ ਗਏ ਝੋਨਾ ਉਹ ਤੋਂ ਵੱਧ ਵੱਧਦੇ ਆ ਜੀ ਉਹ ਤੋਂ ਵੱਧ ਵੱਧਦੇ ਆ ਝੋਨਾ ਸਕਾਂ ਦੀ ਹੱਥ ਖੜਾ ਕਰਕੇ ਕਹਿਣਾ ਹੱਥ ਵਾਲੀ ਗੱਲ ਆ ਮੈਂ ਕਮਰੇ 'ਚ ਲਿਆਂਦੀ ਉਹ ਇੱਕੋ ਡੱਬੀ ਜੀ ਮਿਲਦੀ ਹੈ ਵੀ ਉਹ 'ਚ ਚੂਹਾ ਲੱਗ ਗਿਆ ਤੇ ਚਿਮਟ ਜਾਂਦਾ ਉਹ ਸਾਲਾ ਚੂਹਾ ਵੱਡਾ ਸੀ ਡੱਬਕੋ ਹੀ ਲੈ ਗਿਆ ਡੱਬੀ ਵੀ ਲੈ ਗਿਆ ਅਸੀਂ ਅੱਜ ਬਦਲਾਅ ਕਰਨ ਨੂੰ ਤਿਆਰ ਹਾਂ ਜੇ ਸਰਕਾਰ ਇੱਕ ਕਰਮ ਤੁਰਨ ਅਸੀਂ ਦੋ ਕਰਮਾਂ ਤੁਰਨ ਨੂੰ ਤਿਆਰ ਪਰ ਸਾਨੂੰ ਅਸੀਂ ਗਵਾ ਸਕਦੇ ਹਾਂ ਇਹ ਕਹਿੰਦੇ ਤੁਸੀਂ ਵੇਚੋ ਤੁਸੀਂ ਮੰਡੀ ਕਰ ਮੰਡੀ ਕਰਨੀ ਅਸੀਂ ਕਰ ਸਕਦੇ ਜੇ ਹੁਣ ਅਸੀਂ ਮੰਡੀ ਕਰਨ ਵੜ ਗਈਏ ਤਾਂ ਇੱਥੇ ਕੌਣ ਕਰੂਗਾ ਸਰਕਾਰ ਸਾਨੂੰ ਕਹੇ ਖਰੀਦ ਚੱਕੇ ਅਸੀਂ ਬੀਜਣ ਨੂੰ ਤਿਆਰ ਹਾਂ ਬਾਸਪਤੀ ਬਜਾ ਲਏ ਮੱਕੀ ਬਜਾ ਲਏ ਅਤੇ ਮੂੰਗੀ ਬਜਾ ਲਏ ਜਿਹੜਾ ਕੋਈ ਮਰਜ਼ੀ ਬਜਾ ਲਏ ਜਿਵੇਂ ਤੁਸੀਂ ਕਿੰਨੀਆਂ ਕੁ ਫਸਲਾਂ ਇੱਥੇ ਬੀਜਦੇ ਜਿਵੇਂ ਕਣਕ ਬੀਜਦੇ ਹੋ ਝੋਨਾ ਮੱਕੀ ਅਤੇ ਮੂੰਗੀ ਹੈ ਨਾ ਇਹੀ ਬੀਜਦੇ ਕਿ ਹੋਰ ਵੀ ਆ ਸਰੋਂ ਵੀ ਬੀਜਦੇ ਹਾਂ ਅੱਛਾ ਇਹ ਜੇ ਸਰੋਂ ਬੀਜੀ ਸੀ ਹੁਣ ਪਾਣੀ ਨੇ ਮਾਰਤੀ ਫਿਰ ਤੁਹਾਨੂੰ ਕੀ ਲੱਗਦਾ ਤੁਹਾਡੀ ਇਹ ਜਿਹੜੀ ਧਰਤੀ ਆ ਇੱਥੋਂ ਵਾਲੀ ਮਿੱਟੀ ਜ਼ਮੀਨ ਆ ਹੈ ਨਾ ਕਿਹੜੀ ਫਸਲ ਦੇ ਜ਼ਿਆਦਾ ਅਨੁਕੂਲ ਆ ਕਿਹੜੀ ਲਈ ਜ਼ਿਆਦਾ ਜਰਖੇਜ਼ ਆ ਆਪ ਇਸ ਵਾਰ ਧਰਤੀ ਜਿਹੜੀ ਮਰਜ਼ੀ ਚੀਜ਼ ਬੀਜ ਦਿਓ ਬਹੁਤ ਅੱਛੀ ਆ ਧਰਤੀ ਕੋਲ ਜ਼ਿਆਦਾ ਜ਼ਿਆਦਾ ਧਰਤੀ ਹਾਇਰ ਗਿਆ ਨਾ ਵਾਲੀ ਕਾਲਡਾ ਨਾ ਵਾਲੀ ਰੇਤਲੀ ਆ ਬਹੁਤ ਸਰੀਰ ਧਰਤੀ ਆ ਪਰ ਰੌਲਾ ਤਾਂ ਇਹ ਚੀਜ਼ਾਂ ਦਾ ਵੀ ਕਿ ਜਿਹੜੀ ਚੀਜ਼ ਨੂੰ ਅੱਗੇ ਮੰਗ ਨਹੀਂ ਹੋ ਰਹੀ ਅਸੀਂ ਬੀਜ ਉਹਦੀ ਮੰਗ ਨਹੀਂ ਹੋਈ ਤਾਂ ਫਿਰ ਅਸੀਂ ਕਰਾਂਗੇ ਮੰਗ ਹੋਵੇ ਬਾਸਪਤੀ ਆ ਬਾਸਪਤੀ ਸਾਡੇ ਮੇਰੇ ਮੈਂ ਬੀਜਦਾ 21-22 ਕੁਇੰਟਲ ਤੋਂ ਘੱਟ ਡਿੱਗਦਾ ਹੀ ਨਹੀਂ ਅਤੇ ਸਾਨੂੰ ਕੀ ਮੱਥਾ ਮਾਰਨ ਦੀ ਲੋੜ ਆ 60-100 ਕੁਇੰਟਲ ਕੱਢਣ ਦੀ 20 ਕੁਇੰਟਲ ਨਾਲ ਅਸੀਂ ਆਪ ਰਹਿਾਂਗੇ ਅਤੇ ਪਰ ਹੁਣ ਗੱਲ ਤਾਂ ਵੀ ਉਹਦਾ ਭਾਅ ਹੀ ਨਹੀਂ ਸੋ ਇਹ ਆ ਪੰਜਾਬ ਦੇ ਕਿਸਾਨ ਜਿਹੜੇ ਕਹਿੰਦੇ ਕਿ ਅਸੀਂ ਬਦਲਾਅ ਕਰਨ ਨੂੰ ਬਿਲਕੁਲ ਤਿਆਰ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਫਸਲਾਂ ਜਿਹੜੀਆਂ ਉਹ ਹੋਰ ਬੀਜੀਆਂ ਜਾਣ ਪਰ ਰੌਲਾ ਇਕੱਲੀਆਂ ਬਦਲਵੀਆਂ ਫਸਲਾਂ ਦਾ ਨਹੀਂ ਰੌਲਾ ਬੀਜ ਦਾ ਵੀ ਆ ਜਿਵੇਂ ਇਹਨਾਂ ਨੇ ਬੀਜ ਲਿਆ ਮੂੰਗੀ ਦਾ ਬੀਜ ਲਿਆ ਇਹਨਾਂ ਨੇ ਤਾਂ ਬੀਜ ਵੀ ਮਾੜਾ ਨਿਕਲਿਆ ਮੱਕੀ ਲਈ ਮੱਕੀ ਦਾ ਬੀਜ ਵੀ ਮਾੜਾ ਨਿਕਲਿਆ ਰੇਹਾਂ ਸਪਰੇਹਾਂ ਇੰਨੀਆਂ ਪਾਉਂਦੇ ਆ ਸੁੰਡੀ ਪੈਣੋਂ ਨਹੀਂ ਹਟਦੀ ਤਾਂ ਪੰਜਾਬ ਦਾ ਕਿਸਾਨ ਕਿਤੇ ਨਾ ਕਿਤੇ ਉਲਝਿਆ ਜਿਹਾ ਨਜ਼ਰ ਆ ਰਿਹਾ ਸਰਕਾਰ ਨੂੰ ਪੰਜਾਬ ਦੇ ਕਿਸਾਨ ਵੱਲ ਪੰਜਾਬ ਦੇ ਲੋਕਾਂ ਵੱਲ ਅਤੇ ਪੰਜਾਬ ਦੇ ਵਾਤਾਵਰਨ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜੇਕਰ ਤੁਹਾਨੂੰ ਲੱਗਦਾ ਕਿ ਗੱਲ ਤੁਹਾਡੀ ਹੋ ਰਹੀ ਆ ਤੁਹਾਡੇ ਨਾਲ ਵੀ ਇੱਦਾਂ ਹੋ ਰਿਹਾ ਤਾਂ ਜ਼ਰੂਰ ਸ਼ੇਅਰ ਕਰਿਓ ਕਮੈਂਟ ਬਾਕਸ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ ਜੁੜੇ ਰਹੋ ਦੁਨੀਆ ਦੇ ਨਾਲ।